ਕਿਸੇ ਕੁੜੀ ਨੂੰ ਕਦੇ ਵੀ ਕਿਸੇ ਵੀ ਗਾਣੇ ਚ ਕਿਸੇ ਵੀ ਫਿਲਮ ਚ ਹੀਰੋ ਨਹੀਂ ਵਿਖਾਇਆ ਗਿਆ। ਇੰਨੀ ਕੁ ਵੈਲਿਊ ਰੱਖੀ ਆ, ਤੈਨੂੰ ਮੈਂ ਚੱਕ ਕੇ ਲੈ ਜੂੰਗਾ, ਤੈਨੂੰ ਮੈਂ ਕੱਢ ਕੇ ਲੈ ਜੂੰਗਾ, ਤੇਰਾ ਬਾਪੂ ਇਹਨੂੰ ਦੇਣ ਤਾਂ ਨੀਗਾ। ਜੇ ਮੈਂ ਤੈਨੂੰ ਛੱਡ ਗਾ ਤੇਰਾ ਚੰਡੀਗੜ੍ਹ ਸੁਣਨਾ ਹੋ ਜੂਗਾ। ਤੂੰ ਬੱਬੂਏ ਵਰਗੀ ਹੈ, ਤੂੰ ਇੰਨੀ ਆ, ਤੂੰ ਸ਼ਰਾਬ ਵਰਗੀ ਹੈ, ਤੂੰ ਫੀ ਵਰਗੀ ਹੈ। ਆ ਵੈਲਿਊ ਆ ਯਾਰ ਕੁੜੀਆਂ ਦੀ ਆਪਣੇ ਦੇਸ਼ ਚ, ਆ ਵੈਲਿਊ ਆਪਣੇ ਘਰੇ ਬੈਠੀਆਂ ਪਹਿਲਾਂ। ਉਹੀ ਹਾਲ ਮੁੰਡਿਆਂ ਦਾ, ਉਹੀ ਹਾਲ ਮੁੰਡਿਆਂ ਦਾ। ਜੱਟਾਂ ਦਾ ਮੁੰਡਾ ਐਂ ਕਰ ਦੂ, ਜੱਟਾਂ ਦਾ ਮੁੰਡਾ ਚੱਕ ਕੇ ਲੈ ਜੂ, ਜੱਟਾਂ ਦੇ ਮੁੰਡੇ ਕੋਲ ਦਨਾਲੀ ਹੈ, ਜੱਟਾਂ ਦਾ ਮੁੰਡਾ ਬੁਲਟਾਂ ਪਟਾਕੇ ਪਾਉਂਦਾ, ਜੱਟਾਂ ਦਾ ਮੁੰਡਾ ਬੰਦਾ ਮਾਰ ਦਿੰਦਾ, ਜੱਟਾਂ ਦੇ ਮੁੰਡੇ ਦੀ ਅੱਖਾਂ 'ਚ ਲਾਲ ਆ। ਉਹ ਜੱਟਾਂ ਦਾ ਮੁੰਡਾ ਕਿ ਅੱਤਵਾਦੀ ਆ ਯਾਰ। ਬਈ ਸਹੀ ਦੱਸਾਂ, ਇਹ ਹਾਸੇ ਵਾਲੀ ਗੱਲ ਨਹੀਂ ਆ, ਬੜੀ ਸ਼ਰਮ ਵਾਲੀ ਗੱਲ ਹੈ। ਅਸੀਂ ਹਰ ਰੋਜ਼ ਵੇਖਦੇ ਹਾਂ ਜਿਹੜੇ ਮੁੰਡੇ ਨੂੰ ਇਹ ਨਹੀਂ ਪਤਾ ਵੀ ਭਗਤ ਸਿੰਘ ਕੌਣ ਸੀਗਾ। ਬੁਲਟ ਪਿੱਛੇ ਲਿਖਾਇਆ ਗੋਰੇ ਖੰਗੇ ਸੀ ਤਾਂ ਟੰਗੇ ਸੀ, ਮੁੱਛਾਂ ਕੁੰਡੀਆਂ ਰੱਖਦਾ ਸੀ ਪੁੱਤ ਸਰਦਾਰਾਂ ਦਾ, ਹੱਥ 'ਚ ਪਿਸਤੌਲ ਫੜਾਤੀ ਇਹ ਨਹੀਂ ਪਤਾ ਇੱਕ ਹੀ ਗੋਲੀ ਚਲਾਈ ਸੀ। ਪਹਿਲਾਂ ਮੈਂ 400 ਕਹਿੰਦਾ ਸੀਗਾ, ਕਿਸੇ ਲਿਟਰੇਰੀ ਬੰਦੇ ਨੇ ਮੈਨੂੰ ਦੱਸਿਆ ਉਹਨੇ 700 ਕਿਤਾਬਾਂ ਪੜ੍ਹੀਆਂ ਸੀ ਭਗਤ ਸਿੰਘ ਨੇ। ਅਸਲੀ ਭਗਤ ਸਿੰਘ ਦੇ ਫੈਨ ਉਹ ਪੱਗਾਂ ਬੰਨ ਕੇ ਨਹੀਂ ਭਗਤ ਸਿੰਘ ਦੇ ਫੈਨ ਬਣਿਆ ਜਾਂਦਾ, ਕਿਤਾਬਾਂ ਦੇ ਪੜ੍ਹ ਕੇ ਵੇਖੋ। ਮੇਵਾ ਸਿੰਘ ਲੋਪੋਗੇ ਤੋਂ ਇੰਸਪਾਇਰ ਹੋਏ ਸੀ ਉਹ, ਉਸ ਚੀਜ਼ ਦਾ ਆਪਾਂ ਨੂੰ ਨਹੀਂ ਪਤਾ। ਆਪਾਂ ਨੂੰ ਇੰਨਾ ਪਤਾ ਗੋਲੀ ਚਲਾਈ ਸੀਗੀ, ਪਤਾ ਨਹੀਂ ਕਿੰਨੀਆਂ ਕੁ ਗੋਲੀਆਂ ਚਲਾਤੀਆਂ। ਕੁੜੀਆਂ ਨੂੰ ਬੇਨਤੀ ਹੈ, ਦੁੱਲਾ ਪੱਟੀ ਨੇ ਨਹੀਂ ਆਉਣਾ, ਨਾ ਝਾਂਸੀ ਦੀ ਰਾਣੀ ਨੇ ਆਉਣਾ, ਕੁਛ ਆਪ ਹੀ ਕਰਨਾ ਪੈਣਾ। ਅਸੀਂ ਇੱਥੇ ਕਰਨਾਲ 'ਚ ਹੀ ਵੇਖਿਆ ਸ਼ਰਿਆਂ ਮੁੰਡਾ ਕੁੜੀ ਨੂੰ ਛੇੜਨ ਦਿਆ ਸੀਗਾ, ਕੁੜੀ ਚੁੱਪ ਕਰਕੇ ਨੀਵਾਂ ਹੋ ਕੇ ਟੱਪ ਗਈ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕੁੜੀ ਕਮਜ਼ੋਰ ਆ, ਅਗਲੇ ਦਿਨ ਫੇਰ ਆਊਗਾ। ਜੇ ਉੱਥੇ ਜਵਾਬ ਦਿੱਤਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਉਹ ਸਵੇਰੇ ਆਉਂਦਾ ਮੁੰਡਾ। ਇਸ ਉਮਰ 'ਚ ਆਏ ਆ, ਜਵਾਨੀ ਦੇ ਟਾਈਮ ਆ, ਆਪਾਂ ਨੂੰ ਇਸ਼ਕ ਮੁਹੱਬਤ 'ਚ ਬੜੇ ਨਜ਼ਾਰੇ ਆਉਂਦੇ ਆ। ਪਰ ਇੱਕ ਗੱਲ ਕਹੂੰਗਾ, ਮੈਂ ਬਥੇਰਾ ਕੁਛ ਵੇਖ ਲਿਆ ਫੇਸਬੁੱਕ 'ਤੇ, ਅਸੀਂ ਸਾਰੇ ਡੇਲੀ ਸਾਡਾ ਚੱਲਦਾ ਹੀ ਰਹਿੰਦਾ ਫੇਸਬੁੱਕ 'ਤੇ, ਪਾਇਆ ਹੁੰਦਾ ਆ ਅੱਜ ਹਾਰਟ ਬ੍ਰੋਕਨ ਹੋ ਗਿਆ, ਅੱਜ ਐ ਹੋ ਗਿਆ, ਫਲਾਣਾ ਹੋ ਗਿਆ। ਇੱਕ ਗੱਲ ਕਹੂੰ, ਜਿਹੜਾ ਬੰਦਾ ਅੱਜ ਛੱਡ ਗਿਆ ਉਹ ਕੱਲ੍ਹ ਵੀ ਛੱਡੂਗਾ, ਫਿਰ ਉਹਦਾ ਦੁੱਖ ਕਿਹੜੀ ਗੱਲ ਦਾ। ਸ਼ੁਕਰ ਹੈ ਬਾਈ ਤੂੰ ਅੱਜ ਹੀ ਚੱਲ ਗਿਆ, ਸ਼ੁਕਰ ਹੈ ਵੀ ਤੂੰ ਅੱਜ ਹੀ ਚੱਲ ਗਈ। ਕਹਿਣ ਦਾ ਮਤਲਬ ਇਹ ਆ, ਪਹਿਲਾਂ ਗਾਣੇ ਆਉਂਦੇ ਸੀਗੇ, ਕੰਪੇਅਰ ਕੀਤਾ ਜਾਂਦਾ ਸੀ ਰੱਬ ਨਾਲ, ਤੂੰ ਮਾਨਿਆ ਨਾ ਮਾਨੇ ਦਿਲਦਾਰਾ ਸੀ ਤੈਨੂੰ ਰੱਬ ਮੰਨਿਆ। ਅੱਜ ਕਹਿੰਦਾ ਪਹਿਲਾਂ ਜੀ ਕਰਦਾ ਸਿਰ ਤੋਂ ਜਾਨ ਮਾਰਦਾ, ਹੁਣ ਜੀ ਕਰਦਾ ਤੈਨੂੰ ਜਾਨ ਤੋਂ ਹੀ ਮਾਰਦਾ। ਇਹਨਾਂ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਪਿਆ, ਆਪਣਾ ਫੋਕਸ ਕੀ ਆ, ਡਿਗਰੀ ਕਰਨ ਆਏ ਹੋ ਡਿਗਰੀ ਕਰੋ। ਰਾਜ ਬਥੇਰੇ ਰੋੜੇ ਆਉਂਦੇ ਆ, ਜਿਹੜੇ ਤੇ ਨਾਲ ਤੁਰ ਪੈਣ ਉਹ ਤੁਹਾਡੇ ਯਾਰ ਨੇ, ਜਿਹੜੇ ਐਂਡ ਤੱਕ ਨਹੀਂ ਨਿਭੇ ਉਹਨਾਂ ਨੂੰ ਸਾਈਡ 'ਚ ਕਰ ਦਿਓ। ਆਪਣਾ ਫੋਕਸ ਤਾਂ ਕਲੀਅਰ ਕਰੋ ਯਾਰ।